एक अनोखी खबर समराला तो सामने आ रही है जिथे मामला जुड़िया तो चोरी नाल ही होया पर इस बार चोरां दी थां चार चोरनियां काबू कीतियां गईयां ने। जी हाँ, ये मामला समराला दे सब स्टेशन बिजली विभाग कलाल दे नाल जुड़िया होया जिथे चार चोरनियां दे वल्लों मिलके बिजली विभाग नूं वड्डी सन मारी जा रही सी पर मौके ते सुहिरता दिखाउंदियां बिजली विभाग दे अधिकारियां दे वल्लों चार दे विचों तीन चोरनियां नूं काबू कर लिया गया ते उहनां तों वड्डे पद्धर दे उत्ते बिजली विभाग दे नाल संबंधित समान बरामद भी कीता गया। किते गए बरामद समान दे विच जदों बिजली विभाग ने जानकारी सांझी कीती तां चोरनियां दे वल्लों इस वार बिजली विभाग नूं लखां दी सन मारी जा रही सी पर सुहिरता दे दौरान इह चार चोरनियां फड़ियां गईयां। की आ होर मामले दे विच देखो इह पूरी खबर। ਤਾਂ ਬੜਾ ਹੈਰਾਨਕੁਨ ਮਾਮਲਾ ਹੈ ਕਿ ਜਿੱਥੇ ਹੁਣ ਤੱਕ ਪੰਜਾਬ ਭਰ ਦੇ ਵਿੱਚ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਅਤੇ ਉੱਥੇ ਹੀ ਹੁਣ ਕੁਝ ਚੋਰਨੀਆਂ ਜਾਂ ਕਹਿ ਲਈਏ ਕਿ ਕੁਝ ਔਰਤਾਂ ਵੀ ਅਜਿਹੇ ਮਾਮਲਿਆਂ ਦੇ ਵਿੱਚ ਸਾਹਮਣੇ ਆਉਣ ਲੱਗੀਆਂ ਨੇ। ਮਾਮਲਾ ਸਮਰਾਲਾ ਦਾ ਹੈ ਜਿੱਥੇ ਸਮਰਾਲਾ 'ਚ ਬਿਜਲੀ ਵਿਭਾਗ ਦੇ ਸਬ ਸਟੇਸ਼ਨ ਤੋਂ ਇਹਨਾਂ ਚਾਰਾਂ ਦੇ ਵੱਲੋਂ ਕੁਝ ਅਜਿਹੀ ਚੀਜ਼ ਚੋਰੀ ਕੀਤੀ ਜਾਣ ਲੱਗੀ ਸੀ ਜਿਸ ਦੀ ਕੀਮਤ ਬਾਜ਼ਾਰ ਦੇ ਵਿੱਚ 4 ਤੋਂ 5 ਲੱਖ ਰੁਪਏ ਦੱਸੀ ਜਾ ਰਹੀ ਹੈ ਪਰ ਮੌਕੇ 'ਤੇ ਸੁਹਿਰਤਾ ਦਿਖਾਉਂਦਿਆਂ ਇਹਨਾਂ ਚੋਰਨੀਆਂ ਨੂੰ ਕਾਬੂ ਕਰ ਲਿਆ ਗਿਆ। ਜਿਸ ਸੰਬੰਧਿਤ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਆਓ ਸੁਣਦੇ ਹਾਂ। ਸਾਨੂੰ ਬਾਅਦ 'ਚ ਇੱਕ ਵੀਰ ਜੀ ਨੇ ਦੱਸਿਆ ਕਿ ਤੁਹਾਡਾ ਕੋਈ ਸਮਾਨ ਲੈ ਕੇ ਇਹ ਚੋਰੀ ਕਰਕੇ ਲੈ ਕੇ ਜਾ ਰਹੀਆਂ ਨੇ। ਉਹ ਸਮਾਨ ਇਹਨਾਂ ਕੋਲ ਬਰਾਮਦ ਕੀਤਾ, ਇਹਨਾਂ ਨੇ ਸਾਡਾ ਸੀਵੀਟੀ ਤੋੜਤਾ ਜੀ, 220 KVA/66 ਦਾ। ਉਹ 66 ਦਾ ਸੀਵੀ ਤੋੜ ਕੇ ਆਪਣੇ ਨਾਲ ਲੈ ਕੇ ਜਾ ਰਹੀ ਚੋਰੀ ਕਰਕੇ ਫੜੀਆਂ ਗਈਆਂ। ਇਹ ਚਾਰ ਜਨਾਨੀਆਂ ਸੀ, ਇਹ ਚਾਰ ਦੇ ਵਿੱਚੋਂ ਇੱਕ ਭੱਜ ਗਈ। ਇਹਨਾਂ ਨੇ ਜੀ ਇੱਕ ਟੈਂਪੂ ਬੁਲਾਇਆ ਸੀ, ਟੈਂਪੂ ਵਾਲਾ ਭੱਜ ਗਿਆ, ਜਦੋਂ ਫੜਨ ਲੱਗੇ ਟੈਂਪੂ ਵਾਲਾ ਭੱਜ ਗਿਆ ਤੇ ਇਹ ਫੜੀਆਂ ਗਈਆਂ। ਚੌਂਕੀਦਾਰ ਜੀ ਨਾਈਟ ਦੇ ਵਿੱਚ ਚੌਂਕੀਦਾਰ ਰਹਿੰਦੇ ਆ, ਦਿਨ ਦੇ ਵਿੱਚ ਕੋਈ ਚੌਂਕੀਦਾਰ। ਦਿਨ ਐਤਵਾਰ ਨੂੰ ਅਟੈਕ ਕਰਦੀਆਂ, ਐਤਵਾਰ ਨੂੰ 2 ਬੰਦੇ ਸ਼ਿਫਟ ਦੇ ਡਿਊਟੀ ਹੁੰਦੇ ਆ ਇੰਚਾਰਜ। ਉੱਥੇ ਜਦੋਂ ਸਬ ਸਟੇਸ਼ਨ ਕਲਾਲ ਦੇ ਜੇਈ ਨਾਲ ਗੱਲਬਾਤ ਕੀਤੀ ਤਾਂ ਉਸਦਾ ਕਹਿਣਾ ਸੀ ਕਿ ਪਹਿਲਾਂ ਵੀ ਇਹਨਾਂ ਦੇ ਵੱਲੋਂ ਇੱਥੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਪਰ ਉਹ ਚੋਰੀਆਂ ਅਕਸਰ ਥੋੜ੍ਹੀ ਮਾਤਰਾ ਵਿੱਚ ਸਾਹਮਣੇ ਆਉਂਦੀਆਂ ਸੀ ਪਰ ਇਸ ਵਾਰ ਇਹਨਾਂ ਵੱਲੋਂ ਇੱਕ ਵੱਡਾ ਹੱਥ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ 'ਤੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਕਾਫੀ ਲੰਬੇ ਸਮੇਂ ਤੋਂ ਇੱਥੇ ਚੋਰੀ ਕਰਦੀਆਂ ਆਉਂਦੀਆਂ ਨੇ, ਨਹੀਂ ਫੜੀਆਂ ਨਹੀਂ ਜਾਂਦੀਆਂ ਸੀ ਤੇ ਅੱਜ ਇੱਕ ਮਲਾ ਸੱਚ ਸੀਗਾ ਕਲਾਲ ਪਿੰਡ ਤੋਂ ਬੰਦਾ, ਉਹਨੇ ਟੈਂਪੂ 'ਚ ਲੱਦ ਨੂੰ ਸਮਾਨ ਦੇਖ ਲਿਆ ਤੇ ਦੇਖ ਕੇ ਫਿਰ ਉਹਨੇ ਰੌਲਾ ਪਾਇਆ ਤੇ ਸਾਡੇ ਜਿਹੜੇ 2-3 ਮੁਲਾਜ਼ਮ ਸੀਗੇ ਉਰੇ ਉਹ ਆ ਗਏ ਤੇ ਬਾਕੀ ਫਿਰ ਇਕੱਠ ਹੋ ਗਿਆ ਸਾਰਾ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ। ਐਸਆਈ ਸਾਹਿਬ ਆਏ ਸੀ, ਉਹ ਲੈ ਗਏ ਉਹਨਾਂ ਨੂੰ ਬਿਠਾ ਕੇ ਤੇ ਸਾਨੂੰ ਬੁਲਾਇਆ ਥਾਣੇ ਜਾ ਰਹੇ ਹਾਂ। ਇਹ ਕਿੰਨੇ ਜਣੇ ਸੀਗੇ ਜਿਨ੍ਹਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ? ਇਹ 4 ਜਣੇ ਦੱਸਦੇ ਨੇ, 3 ਜਣਿਆਂ ਤੋਂ ਮੌਕੇ ਤੋਂ ਫੜੇ ਗਏ, ਇੱਕ ਕਹਿੰਦਾ ਸਮਾਨ ਲੈ ਕੇ ਭੱਜ ਗਈ, ਕੁਛ ਸਮਾਨ ਉਹਦਾ ਉਸ ਤੋਂ ਇਹਨਾਂ ਤੋਂ ਬਰਾਮਦ ਵੀ ਹੋਇਆ। ਇਹ ਸਾਰੀਆਂ ਲੇਡੀਜ਼ ਨੇ ਜੀ? ਇਹ ਕਿੱਥੋਂ ਬਿਲੋਂਗ ਕਰਦੀ ਇਹ ਜੀ? ਪਤਾ ਲੱਗਿਆ ਵੀ ਸਮਰਾਲੇ ਤੋਂ ਨੇ। ਔਰ ਕਿੰਨੇ ਕ ਦਾ ਹੈਗਾ ਜੀ ਪੁਰਜਾ ਜਿਹੜਾ? ਇਹ ਪੁਰਜਾ ਲਗਭਗ ਕਿੰਨੇ ਕ ਦਾ? 5 ਲੱਖ ਦਾ ਪੁਰਜਾ ਹੈਗਾ ਜਿਹੜਾ ਤੋੜਿਆ। ਇਹ ਪਹਿਲਾਂ ਵੀ ਇਹਨਾਂ ਨੇ ਕਦੇ ਕੁਝ? ਪਹਿਲਾਂ ਜਾਨੀ ਐਡਾ ਕੰਮ ਨਹੀਂ ਕਰਿਆ ਕੋਈ ਤੇ ਆ ਲੋਹਾ ਲਾਹਾ ਤੇ ਸਾਡੇ ਕੇਬਲਾਂ ਹੋਰ ਇਦਾਂ ਦੀਆਂ ਚੀਜ਼ਾਂ ਕਾਫੀ ਲੰਬੇ ਸਮੇਂ ਤੋਂ ਆਉਂਦੀਆਂ ਨੇ ਕਿਉਂਕਿ ਬਾਹਰਲਾ ਬੰਦਾ ਜਿਹੜਾ ਬਗੈਰ ਭੇਤੀ ਆ ਉਹ ਬਿਜਲੀ ਘਰ ਦੇ ਅੰਦਰ ਨਹੀਂ ਆਉਂਦਾ। ਦਿਨ ਦੇ ਵਿੱਚ ਦੇਖ ਰੇਖ ਲਈ ਕੋਈ ਮੁਲਾਜ਼ਮ? ਦਿਨ ਦੇ ਵਿੱਚ ਦੇਖ ਰੇਖ ਲਈ ਕੋਈ ਮੁਲਾਜ਼ਮ ਨਹੀਂ ਹੈਗਾ ਇੱਥੇ। ਅੱਗੇ ਸਕਿਉਰਟੀ ਹੁੰਦੀ ਸੀ ਪੈਕਸੋ ਦੀ, ਉਹ ਵੀ ਹੁਣ 2 ਬੰਦੇ ਹੀ ਹੈ ਨੇ, ਇੱਕ ਰਾਤ ਨੂੰ ਹੀ ਆਉਂਦੇ ਨੇ ਇੱਕ ਦਿਨ ਛੱਡ ਕੇ। ਲਗਾਤਾਰ ਸੂਬੇ ਭਰ ਦੇ ਵਿੱਚ ਚੋਰਾਂ ਦੀਆਂ ਚੋਰੀਆਂ ਸਾਹਮਣੇ ਆ ਰਹੀਆਂ ਨੇ ਪਰ ਹੁਣ ਕੁਝ ਔਰਤਾਂ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਉਣ ਲੱਗੀਆਂ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਹੋਰ ਦਬਾਅ ਪੈਂਦਾ ਨਜ਼ਰ ਆ ਰਿਹਾ। ਤਾਂ ਦੇਖਣਾ ਹੁਣ ਇਹ ਹੋਵੇਗਾ ਕਿ ਇਹਨਾਂ ਵਾਰਦਾਤਾਂ ਨੂੰ ਰੋਕਣ ਦੇ ਲਈ ਪੁਲਿਸ ਪ੍ਰਸ਼ਾਸਨ ਕਿੰਨੀ ਜਲਦੀ ਸੁਹਿਰਤਾ ਤੇ ਕਰੜੇ ਕਦਮ ਚੁੱਕਦੀ ਹੈ। ਸਮਰਾਟ ਤੋਂ ਪਰਮਿੰਦਰ ਵਰਮਾ ਦੀ ਰਿਪੋਰਟ।